ਫਿਰ ਲੱਗੀ ਟ੍ਰੈਫਿਕ ਯਾਰ, ਰੋਜ਼ ਦਾ ਹੀ ਪੰਗਾ। ਅੱਜ ਤਾਂ 3 ਕਿਲੋਮੀਟਰ ਤੱਕ ਲੱਗੀ ਆ, ਉਹ ਦਿਨ ਫਿਰ ਵੀ ਚੱਲ 1.5 ਕਿਲੋਮੀਟਰ ਹੀ, ਪਤਾ ਨਹੀਂ 2 ਹੀ ਚੇਤਾ ਭੁੱਲ ਗਿਆ। ਅੱਜ ਤਾਂ 3 ਕਿਲੋਮੀਟਰ, 3.5 ਕਿਲੋਮੀਟਰ ਦੀ ਲੱਗੀ ਸੀ ਟ੍ਰੈਫਿਕ, ਹੁਣ ਥੋੜ੍ਹਾ ਅੱਗੇ ਆ ਗਿਆ ਮੈਂ, ਪਤਾ ਨਹੀਂ ਕਦੋਂ ਹਟਣੀ ਹੈ ਟ੍ਰੈਫਿਕ। ਇੱਕ ਜਿਹੜਾ ਪਹਿਲਾ ਦਿਨ ਸੀ ਉਹ ਤਾਂ ਸੁੱਤੇ ਸੁੱਤੇ ਲੰਘਿਆ, ਅਤੇ ਜਿਹੜਾ ਕੱਲ੍ਹ ਮੈਂ ਐਡੀਟਿੰਗ ਕਰਦਾ ਰਿਹਾ ਵੀਡੀਓ ਸਾਰਾ, ਉੱਥੇ ਲੰਘਿਆ। ਅੱਜ ਫਿਰ ਤੋਂ ਕੰਮ ਸਟਾਰਟ ਹੋ ਗਿਆ, ਜਿਹੜਾ ਸਾਡਾ ਸ਼ੈਫ ਆ ਇੱਕ ਛੁੱਟੀਆਂ 'ਤੇ ਆ, ਅਤੇ ਅੱਜ ਬਿਜ਼ੀ ਹੋਣਾ, ਫਰਾਈਡੇ ਬਿਜ਼ੀ ਹੁੰਦਾ, ਮੈਨੂੰ ਕੱਲ੍ਹ ਨਹੀਂ ਕੰਮ ਕਰਨਾ ਪੈਣਾ ਦੋਵਾਂ ਤਿੰਨ ਜਣਿਆਂ ਦਾ। ਅਤੇ ਅੱਜ ਮੈਨੂੰ ਪਾਰਕਿੰਗ ਵੀ ਨਹੀਂ ਮਿਲੀ ਮੇਰੇ ਕੰਮ 'ਤੇ, ਉੱਥੇ ਸਾਰੀ ਫੁੱਲ ਸੀ, ਅਤੇ ਇੱਧਰ ਆਇਆ ਮੈਂ ਸਟਰੀਟ ਜੀ 'ਤੇ। ਅੱਜ ਦੇ ਦਿਨ ਵੀ ਬਹੁਤ ਬਿਜ਼ੀ, ਅਸੀਂ ਸਿਰਫ 2 ਜਣੇ ਸੀ, ਸੋ ਦੋਵਾਂ ਜਣਿਆਂ ਲਈ ਕਾਫੀ ਬਿਜ਼ੀ ਸੀ, ਪਰ ਅਸੀਂ ਮੈਨੇਜ ਕਰ ਲਿਆ, ਮੈਂ ਤੁਹਾਡੀ ਸ਼ੈਫੀ। ਥੋੜ੍ਹਾ ਚਿਰ ਹੋਇਆ ਕੰਮ ਖਤਮ ਹੋਏ ਨੂੰ, ਸਫਾਈ ਸਫਾਈ ਕਰਦੇ ਬਹੁਤ ਟਾਈਮ ਲੱਗਿਆ, ਗੱਡੀ ਪਾਰ ਕੀਤੀ ਮੈਂ ਸੀਟ 'ਤੇ, ਜੀ ਨਹੀਂ ਕਰਨਾ ਤੁਰਨ ਨੂੰ, ਪਰ ਜਾਣਾ ਪੈਣਾ ਹੁਣ ਉੱਥੇ ਗੱਡੀ ਚੱਕਣ। ਮੇਰਾ ਖਾਣਾ ਪੀਣਾ ਬਹੁਤ ਵਿਗੜਿਆ, ਜਦੋਂ ਦੀ ਮੈਂ ਤਾਂ ਜਿੰਮ ਛੁੱਟੀ ਆ ਉਦੋਂ ਦਾ ਚੰਗੀ ਤਰ੍ਹਾਂ ਖਾਧਾ ਨਹੀਂ ਆਇਆ, ਮੈਂ ਜੋ ਵੀ ਮਤਲਬ ਬਾਹਰੋਂ ਵੀ ਖਾਧਾ ਜਾਂਦਾ ਵਾ, ਘਰੇ ਵੀ ਮਤਲਬ ਠੀਕ ਹੈ, ਇੰਨਾ ਮਾੜਾ ਨਹੀਂ ਆ, ਬ੍ਰੈਡ ਦੇ ਵਿੱਚ ਚਿਕਨ ਆਏ ਤਾਂ ਵਧੀਆ, ਪਰ ਜਦੋਂ ਬਾਹਰੋਂ ਖਾਧਾ ਜਾਂਦਾ ਵਾ। ਪਰਸੋਂ ਮੈਂ ਖਾਧੀ ਸੀ ਪੈਟੀ ਪਈ, ਜਿਹੜੀ ਫਰੀਜ਼ਰ 'ਚ ਫਰੋਜ਼ਨ ਜਿਹੜਾ ਖਾਣਾ ਮਿਲਦਾ, ਤੋਂ ਚਿਕ ਪੀ ਵਾਲੀ ਜਿਹੜੇ ਚਿੱਟੇ ਚਿੜੇ ਹੁੰਦੇ ਉਹ ਖਾਧੀ, ਤਾਂ ਨਾ ਮੇਰਾ ਢਿੱਡ ਬਹੁਤ ਖਰਾਬ ਹੋ ਗਿਆ। ਕੱਲ੍ਹ ਸਾਰਾ ਦਿਨ ਮੇਰਾ ਢਿੱਡ ਬਿਲਕੁਲ ਦਰੀ ਕੰਮ 'ਤੇ, ਇੰਨੀ ਜ਼ਿਆਦਾ ਮਾੜੀ ਨਹੀਂ, ਪਰ ਹਾਂ ਢਿੱਡ ਖਰਾਬ ਹੋ ਗਿਆ ਤਾਂ ਮੇਰਾ। ਸੋ ਹੁਣ ਸੰਡੇ ਤੋਂ ਬਸ ਸਟਾਰਟ ਕਰ ਦੇਣੀ ਹੈ ਜਿਮ, ਸਟਾਰਟ ਕਰਦੇ ਹਾਂ ਪਹਿਲਾਂ 3-4 ਦਿਨ ਜਾ ਕਰਾਂਗੇ ਹਫ਼ਤੇ 'ਚ, ਫਿਰ ਆਲਰੇਡੀ 5 ਦਿਨ ਕਰਨੇ ਆ, ਅਤੇ ਫਿਰ ਜਿਹੜੀ ਡਾਇਟ ਉਹ ਵੀ ਸਟਾਰਟ ਕਰ ਦੇਣੀ ਮੈਂ ਆਲਰੇਡੀ ਖਾਣੀ, ਕਿਉਂਕਿ ਆਪਣੇ ਆਪ ਨੂੰ ਉਸ ਤਰ੍ਹਾਂ ਹੁੰਦਾ ਰਹਿੰਦਾ ਨਾ, ਵੇਖ ਕੇ ਵੀ ਕੀ ਹਿਸਾਬ ਦਾ ਕੀ ਬਣਿਆ, ਸਰੀਰ ਥੱਕ ਵੀ ਛੇਤੀ ਜਾਂਦਾ ਵਾ, ਫਲੈਕਸੀਬਿਲਟੀ ਬਹੁਤ ਘੱਟ ਗਈ ਆ। ਬਾਕੀ ਜਿਹੜਾ ਮੇਰੀ ਵੀਡੀਓ ਵੇਖਦੇ ਆ ਉਹਨੂੰ ਮੈਂ ਸੁਜੈਸ਼ਨ ਦੇਣਾ ਚਾਹੁੰਦਾ ਕਿ ਹਾਂ ਐਕਸਰਸਾਈਜ਼ ਕਰਦੇ ਰਹੋ, ਭਾਵੇਂ ਹਫ਼ਤੇ 'ਚ 2 ਜਾਂ 3 ਦਿਨ ਕਰੋ, ਜਾਓ ਐਕਸਰਸਾਈਜ਼ ਕਰੋ, ਵੀ ਮਤਲਬ ਆਪਣੇ ਸਰੀਰ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਰੱਖਣਾ ਚਾਹੀਦਾ। ਅੱਜ ਦਾ ਦਿਨ ਵੀ ਹੋਇਆ ਖਤਮ, ਬਹੁਤ ਜ਼ਿਆਦਾ ਬਿਜ਼ੀ, ਅਸੀਂ 350-350 ਜਾਣਾ ਕੀਤਾ, ਲਕਲੀ 2 ਜਣੇ ਸੀ, ਥੋੜ੍ਹਾ ਜਿਹਾ ਸੌਖਾ ਸੀ, ਅਤੇ 3 ਹੈਡ ਸ਼ੈਫ ਸੀ, ਪਰ ਡੋਕਟ ਆਈ ਜਾਂਦੇ ਸੀ ਉਦੋਂ ਇੰਨਾ ਮਤਲਬ ਔਖਾ ਹੋ ਗਿਆ ਨਾ, ਵਿੱਚ ਦਿਮਾਗ ਖਰਾਬ ਹੁੰਦਾ ਪਿਆ ਕਿ ਕਦੋਂ ਖਤਮ ਹੋਣਾ, ਮਹਾਂ ਜਾ ਕੇ ਖਤਮ ਹੋਇਆ, ਮਤਲਬ 6 ਵਜੇ ਸਟਾਰਟ ਹੋਇਆ, 3 ਘੰਟੇ ਲਗਾਤਾਰ ਪਾਉਂਦੀ ਨਹੀਂ, ਮਤਲਬ 9:30 ਤੱਕ 3:30 ਘੰਟੇ, ਬਹੁਤ ਔਖਾ ਸੀ, ਪਰ ਲਕਲੀ ਅਸੀਂ 3 ਜਣੇ ਸੀ, ਜੇ ਮੈਂ ਇਕੱਲਾ ਹੁੰਦਾ ਨਾ ਅੱਜ ਬਹੁਤ ਮਤ ਵੱਜਣੀ।
ਇੰਨੀ ਖੇਚੜ ਦਿੰਦੀ ਆ ਕਿ ਕੀ ਯਾਰ ਲਾਈਫ ਇੱਥੇ ਨਾ ਕੰਮ ਕਰੀ ਜਾਓ ਅਤੇ ਇੱਦਾਂ ਹੀ ਦੋ ਦਿਨ ਛੁੱਟੀਆਂ ਦੇ ਫਿਰ ਕੰਮ ਬਾਹਰ ਵੈਸੇ ਕੰਮ ਹੀ ਕੰਮ ਆ ਕਿਤੇ ਵੀ ਚੱਲ ਜਾਓ ਕਿਸੇ ਵੀ ਕੰਟਰੀ ਪਰ ਜਦੋਂ ਇੰਡੀਆ ਦਾ ਬੰਦਾ ਉਦੋਂ ਪਤਾ ਨਹੀਂ ਹੁੰਦਾ ਕਿ ਹਾਂ ਛੇਤੀ ਦੀ ਬਾਹਰ ਚੱਲੀਏ ਪਤਾ ਨਹੀਂ ਇੱਥੇ ਜਾ ਕੇ ਕੀ ਕਰ ਦੇਣਾ ਨਾ ਇਸੇ ਆ ਕੇ ਲਾਈਫ ਇੱਦਾਂ ਦੀ ਹੁੰਦੀ ਆ ਵੀ ਬਸ ਕੰਮ ਆ ਅਤੇ ਕੰਮ ਹੀ ਕੰਮ ਆ ਮੈਂ ਵਧੀਆ ਵੀ ਆ ਜੇ ਬੰਦਾ ਵਿਹਲਾ ਰਹੇ ਅਤੇ ਕੋਈ ਫਾਇਦਾ ਨਹੀਂ ਹੈ ਨਾ ਬੰਦਾ ਥੋੜ੍ਹਾ ਕੰਮ 'ਚ ਰਹੇ ਬਿਜ਼ੀ ਰਹਿੰਦਾ ਦਿਮਾਗ ਹੈ ਨਾ ਉੱਥੇ ਲੱਗਾ ਰਹਿੰਦਾ ਵਿਹਲਾ ਬੰਦਾ ਕਦੀ ਕੁਛ ਸੋਚਦਾ ਰਹਿੰਦਾ ਕਦੀ ਕੁਛ ਅਤੇ ਇੰਡੀਆ 'ਚ ਮੈਂ ਲੈ ਕੇ ਆਇਆ ਸਾਲ ਮੈਂ ਬੜਾ ਵਧੀਆ ਸੀਗਾ ਪਰ ਜ਼ਿਆਦਾ ਮਤਲਬ ਉੱਥੇ ਜੇ ਇੰਡੀਆ 'ਚ ਲਾਈਫ ਵਧੀਆ ਦੇਖਿਆ ਜਾਵੇ ਤਾਂ ਪਰ ਕੋਈ ਕੰਮ ਕੁੰਮ ਦਾ ਔਖਾ ਉੱਥੇ ਜੋਬਾਂ ਜਬਾਂ ਬਹੁਤ ਘੱਟ ਆ ਮਿਲਦੀਆਂ ਨਹੀਂ ਤਾਂ ਪੈਸੇ ਤਾਂ ਚਾਹੀਦੇ ਹੀ ਆ ਨਾ ਜੇ ਤੁਸੀਂ ਲਾਈਫ ਵਧੀਆ ਕੱਢਣੀ ਆ One wife. No, like all wives. You get two wives. He drove so many cars. That's me. He drove Lamborghini. Oh, yeah, Lamborghini. No, I drove all the cars. I drove all the cars. They are 30 years old. DJ Khaled. DJ who? DJ Khaled. DJ Khaled. No, he's Lil Wayne, no? Gabi's scared, bro. ਸੋ ਅੱਜ ਦਾ ਦਿਨ ਵੀ ਦੇਖਾ ਤਾ ਵਾਹਵਾ ਔਖਾ ਜਿਹਾ ਲੰਘਿਆ ਸਾਰਾ ਦਿਨ ਬਿਜ਼ੀ ਸੀ ਸਾਰਾ ਦਿਨ ਮੈਂ ਲਗਾਤਾਰ ਆਉਂਦੇ ਰਹੇ ਔਡਰ ਅਤੇ ਫਿਰ ਖਤਮ ਕਰਕੇ ਕੰਮ ਉੱਥੇ ਮੁੰਡਾ ਜਿਹੜਾ ਨਵਾਂ ਆਇਆ ਸ਼੍ਰੀਲੰਕਾ ਤੋਂ ਥੋੜ੍ਹੀ ਬਹੁਤੀ ਹਿੰਦੀ ਬੋਲਦਾ ਅਤੇ ਪੰਜਾਬੀ ਗਾਣੇ ਵੀ ਸੁਣਦਾ ਅਸੀਂ ਗੱਲਾਂ ਪਤਾ ਕਰਨ ਡੈ ਪਏ ਅਤੇ ਗੱਲਾਂ ਪਤਾ ਕਰਕੇ ਹੁਣੇ ਨਿਕਲਿਆ ਉੱਥੋਂ ਹੁਣ ਚੱਲਦੇ ਸਿੱਧਾ ਘਰੇ ਕੱਲ੍ਹ ਹੈਗੀ ਮੇਰੀ ਛੁੱਟੀ ਪਰਸੋਂ ਹੀ ਛੁੱਟੀ ਆ ਸੋ ਕੱਲ੍ਹ ਤਾਂ ਕੱਲ੍ਹ ਵੇਖਣ ਕੀ ਕਹਿੰਦਾ ਨਾ ਮੈਂ ਸੋਚਿਆ ਕਿ ਅੱਜ ਜਿੰਮ ਜਾਵਾਂਗੇ ਪਰ ਸਰੀਰ ਬਹੁਤ ਥੱਕਿਆ ਅਤੇ ਭੱਜ ਭੱਜ ਕੰਮ ਕਰਨਾ ਪਿਆ ਪੈਰ ਪੀੜ ਹੁੰਦੇ ਆ ਅਤੇ ਮੈਂ ਸੋਚਿਆ ਚੱਲ ਅੱਜ ਰਿਲੈਕਸ ਕਰ ਲੈਂਦੇ ਹਾਂ ਥੋੜ੍ਹਾ ਜਿਹਾ ਪੈਰਾਂ ਨੂੰ ਵੀ ਰੈਸਟ ਹੋ ਜੂਗੀ ਕੱਲ੍ਹ ਤੋਂ ਸਟਾਰਟ ਕਰਦੇ ਹਾਂ ਜਿੰਮ ਅਤੇ ਹੌਲੀ ਹੌਲੀ ਰੈਗੂਲਰ ਹੁੰਦੇ ਹਾਂ ਜਿੰਮ 'ਚ ਵੀ ਫਾਈਨਲੀ ਮੈਂ ਹੋ ਗਿਆ ਰੈਡੀ ਜਿੰਮ ਜਾਣ ਲਈ ਥੋੜ੍ਹੇ ਦਿਨਾਂ ਬਾਅਦ ਚੱਲਿਆ ਅੱਜ ਕੱਢ ਹੀ ਲਿਆ ਮੈਂ ਹੌਸਲਾ ਆਇਆ ਜਿੰਮ ਜਾਣ ਦਾ ਪਹਿਲਾਂ ਮੈਂ ਸੋਚਣਾ ਕਿ ਕਾਰ 'ਤੇ ਜਾਵਾਂ ਪਰ ਤੁਰ ਕੇ ਜਾਂਦੇ ਹਾਂ ਕਿਉਂਕਿ ਥੋੜ੍ਹਾ ਕਾਰਡੀ ਹੋ ਜੂਗਾ ਫਿਰ ਕਾਰਡੀ ਕਰਨ ਦੀ ਲੋੜ ਨਹੀਂ ਅਸੀਂ ਟ੍ਰੇਨ ਕਰਾਂਗੇ ਅੱਧਾ ਘੰਟਾ ਮਹਾਂ ਹੋਣਾ ਮੈਨੂੰ ਪਤਾ 15-20 ਮਿੰਟ ਜਿੰਨਾ ਵੀ ਆ It missing you made me stronger. Then I'd be Superman if I fly around the world. It wouldn't take me longer. Then it would you be your man. I'd fight 1,000 guys, live to die 1,000 lives. Oh, I'd find another way to make me smarter, just so I could. ਫਾਈਨਲੀ ਪਹੁੰਚੀ ਆ ਮੈਂ ਘਰੇ ਕੱਲ੍ਹ ਸਾਰਾ ਦਿਨ ਤੁਰਿਆ ਨਹੀਂ ਕੱਲ੍ਹ ਪਿੱਟ ਰਿਹਾ ਨਾ ਕਮਰੇ 'ਚ ਅਤੇ ਅੱਜ ਥੋੜ੍ਹਾ ਲੱਤਾਂ ਥੱਕ ਨਹੀਂ ਹੈ ਤੁਰਿਆ ਐਡੀਟਿੰਗ ਕਰਨੀ ਆ ਮੈਂ ਸਿਰ ਪੀੜ ਬੜੀ ਹੁੰਦੀ ਮੇਰੇ ਅੱਜ ਜਦੋਂ ਉੱਠਿਆ ਮੈਂ ਸਵੇਰ ਦੀ ਹੁੰਦੀ ਪਰ ਮੈਂ ਸੋਚਿਆ ਕਿ ਅੱਜ ਜਿੰਮ ਜਾਣਾ ਜਾਣਾ ਜੋ ਮਰਜ਼ੀ ਹੋਵੇ ਸਟਾਰਟ ਕਰੀਏ